ਲਿਓ ਬੱਚਾ ਲੈ ਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣਾ ਪਟੰਗੀ ਰਾਹੀ ਅਤੇ ਜਲੰਧਰ ਫੌਜ ਦੇ ਹਸਪਤਾਲ ਵਿੱਚ ਅੱਜ 12 ਦਿਨਾਂ ਦਾ ਹੋ ਗਿਆ ਅਤੇ ਪਰਸੋਂ ਡਾਕਟਰਾਂ ਨੇ ਜਵਾਬ ਦਿੱਤਾ ਸੀ ਅਤੇ ਲਾਜੋ ਬੱਚਾ ਪੂਰਾ ਹੋ ਗਿਆ ਅਤੇ ਪਰਸੋਂ ਸਾਨੂੰ ਮਿਲਿਆ ਨਾ, ਕੱਲ੍ਹ ਮਿਲਿਆ, ਕੱਲ੍ਹ ਲੈ ਕੇ ਆਉਣ ਡਿਆ ਅਤੇ ਆਉਂਦੇ ਆਉਂਦੇ ਰਸਤੇ 'ਚ ਅਸੀਂ ਆਖਿਆ ਚਲੋ ਮਹਾਂਪੁਰਖਾਂ ਦੇ ਦਰਸ਼ਨ ਕਰ ਦਿੰਦੇ, ਮੱਥਾ ਟੇਕ ਦਿੰਦੇ ਹਾਂ। ਜਦੋਂ ਲੈ ਕੇ ਇੱਥੇ ਆਏ ਅਤੇ ਇੱਥੇ ਆਣ ਕੇ ਦੇਖਿਆ ਅਤੇ ਜਾਂ ਵੇਖਿਆ ਬੱਚੇ ਆਉਣ ਅਤੇ ਬੱਚੇ ਨੱਖਾਂ ਖੇਡਣਾ ਅਤੇ ਘਰ ਸਾਰੇ ਪਿੱਛੇ ਰੋਣ ਕੱਢਣ ਡਿਆ ਘਰ ਮਹਾਂਪੁਰਖਾਂ ਨੇ ਆਪਣਾ ਅਤੇ ਬੱਚੇ ਵਾਸਤੇ ਨੱਪਣ ਵਾਸਤੇ ਤਿਆਰੀ ਵੀ ਕਰਨ ਡਿਆ ਸੀ ਜਿਹੜਾ ਜਵਾਬ ਪੁੱਛਣਾ ਸੀ। ਜਿੱਦਾਂ ਆਣ ਕੇ ਦੋ ਦਿਨ ਮੱਥਾ ਟਿਕਾ ਕੇ ਨਾ ਬਾਬਿਆਂ ਨੂੰ ਇੱਥੇ ਮੱਥਾ ਟਿਕਾ ਕੇ ਲੈ ਗਏ, ਜਾਣ ਕੇ ਬਾਬੇ ਨੇ ਮੱਥਾ ਟਿਕਾਇਆ ਅਤੇ ਅਰਦਾਸ ਬੇਨਤੀ ਕੀਤੀ ਅਤੇ ਬੱਚਿਆਂ ਨੂੰ ਵੇਖਿਆ ਰਿਹਾ, ਬੱਚਿਆਂ ਨੇ ਅੱਖਾਂ ਖੇਡ ਕੇ ਬੱਚਾ ਦੇਖਣ ਡਿਆ। ਇਹ ਬੁੱਟਰ ਪਿੰਡ ਦੇ ਆ ਜੀ, ਮੈਂ ਧਿਆਨ ਲੱਗਾ ਬੁੱਟਰ ਬਣਾਈ ਹੁਣ ਬਣਾਈ ਇੱਥੇ ਮੈਂ ਬੋਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਮਹਾਂਪੁਰਖ ਬਾਬੇ ਪਾਲ ਸਿੰਘ ਦੀ ਫੌਜ, ਇਹ ਸਾਰੀ ਬਾਬੇ ਪਾਲਾ ਸਿੰਘ ਦੀ ਫੌਜ ਹੈ। ਬੱਚਾ ਜੋ ਡਾਕਟਰਾਂ ਨੇ ਮਿਲਟਰੀ ਹਸਪਤਾਲ ਜਲੰਧਰ ਦੇ ਵਿੱਚ ਉਹਨਾਂ ਨੇ ਆਖਿਆ ਕਿ ਇਹ ਬੱਚਾ ਮਰ ਚੁੱਕਾ ਵਾ, ਇਹ ਹੁਣ ਆਪਣੇ ਰਸਤੇ ਦੇ ਵਿੱਚ ਲੈ ਕੇ ਆਉਣ ਡੇ ਸੀ ਵਾਪਸ, ਅਤੇ ਇਹਨਾਂ ਸੋਚਿਆ ਵੀ ਜਾਂਦੇ ਜਾਂਦੇ ਮਹਾਂਪੁਰਖਾਂ ਦੇ ਅੰਗੀਠੇ ਦੇ ਦਰਸ਼ਨ ਕਰ ਜਾਈਏ। ਇੱਥੇ ਜਦੋਂ ਇਹਨਾਂ ਨੇ ਆਣ ਕੇ ਮਹਾਂਪੁਰਖਾਂ ਦੇ ਅੰਗੀਠੇ ਦੇ ਦਰਸ਼ਨ ਕੀਤੇ ਆ ਅਤੇ ਬੱਚੇ ਦੇ ਜਿਹੜੇ ਇੱਥੇ ਆਣ ਕੇ ਮਹਾਂਪੁਰਖਾਂ ਦੇ ਸਾਹਮਣੇ ਜਦੋਂ ਲਿਆਂਦਾ, ਬੱਚੇ ਦੇ ਸਵਾਦ ਵਾਪਸ ਆ ਗਏ ਆ। ਆਹ ਤੁਸੀਂ ਵੇਖ ਸਕਦੇ ਬੱਚਾ ਅੱਖਾਂ ਖੋਲਣ ਡਿਆ ਵਾ, ਆਹ ਵੇਖੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਬਹੁਤ ਵੱਡਾ ਕੌਤਕ ਹੋਇਆ ਵਾ ਮਹਾਂਪੁਰਖ ਬਾਬੇ ਪਾਲਾ ਤੋਂ। ਧੰਨ ਧੰਨ ਬਾਬਾ ਪਾਲਾ ਤੋਂ ਗੰਗਾ ਵਾਲੇ ਦੀ ਫੌਜ ਆ ਮਹਾਰਾਜ, ਤੁਸੀਂ ਬਹੁਤ ਕਿਰਪਾ ਕੀਤੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਅਕਾਲ। ਬੱਚਾ ਲਿਆਇਆ ਧੰਨ ਧੰਨ ਬਾਬਾ ਪਾਲਾ ਸਿੰਘ, ਧੰਨ ਆ ਤੂੰ ਮਹਾਰਾਜ, ਧੰਨ ਆ ਤੂੰ, ਧੰਨ ਆ ਤੇਰੀ, ਧੰਨ ਆ ਕਮਾਈ ਪਾਤਸ਼ਾਹ।